ਸਥਾਨਕ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਬਟਾਲਾ ਨੇੜੇ ਇੱਕ ਮੀਟਿੰਗ ਐਡਵੋਕੇਟ ਅਜਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ ਵੱਖ ਹਲਕਿਆਂ ਤੋਂ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐਡਵੋਕੇਟ ਅਜਮਿੰਦਰ ਸਿੰਘ, ਰਾਜ ਕੁਮਾਰ ਜੋਸ਼ੀ ਸੀਨੀਅਰ ਕਾਂਗਰਸੀ ਆਗੂ ਅਤੇ ਲੇਬਰ ਲੀਡਰ, ਰੁਪਿੰਦਰ ਸਿੰਘ ਸ਼ਾਮਪੁਰਾ ਜਨਰਲ ਸਕੱਤਰ, ਜਥੇਦਾਰ ਗੁਰਬਾਜ ਸਿੰਘ ਪੰਥਕ ਧਰਨਾ ਦਲ, ਜਥੇਦਾਰ ਤਰਸੇਮ ਸਿੰਘ ਪੰਥਕ ਧਰਨਾ ਦਲ, ਇੰਸਪੈਕਟਰ ਵਿਦਿਆ ਸਾਗਰ, ਜਗੀਰ ਸਿੰਘ, ਪ੍ਰਿਤਪਾਲ ਸਿੰਘ, ਗੁਰਮੀਤ ਸਿੰਘ ਕੋਟਲਾ ਸਰਫ, ਬਲਵਿੰਦਰ ਸਿੰਘ ਮਕਬੂਲ ਮਸੀਹ, ਜਸਵਿੰਦਰ ਸਿੰਘ ਕਲਸੀ, ਜਸਵੀਰ ਸਿੰਘ ਤੇਜਾ, ਰਘੁਬੀਰ ਸਿੰਘ ਬਟਾਲਾ, ਬਿੱਟੂ ਮਸਾਣੀਆਂ, ਕਰਮ ਸਿੰਘ, ਤਾਰਾ ਸਿੰਘ ਬਿਜਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ਐਡਵੋਕੇਟ ਅਜਮੇਰ ਸਿੰਘ ਅਤੇ ਹੋਰ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਮਨਾਉਂਦੇ ਹੋਏ ਸਾਨੂੰ ਗੁਰੂ ਜੀ ਦੀ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਹੋਰ ਕੀ ਕੁਝ ਕਿਹਾ ਬੁਲਾਰਿਆਂ ਨੇ ਤੁਸੀਂ ਵੀ ਸੁਣੋ। 50ਵੀਂ ਜਿਹੜੀ ਆ ਪ੍ਰਕਾਸ਼ ਉਤਸਵ ਜਿਹੜਾ ਦਿਹਾੜਾ ਹੀ ਮਨਾ ਰਹੇ ਆ, ਉਹਦੇ ਸੰਬੰਧ ਵਿੱਚ ਇਹ ਪਬਲਿਕ ਨੂੰ ਇੱਕ ਬੇਨਤੀ ਕਰਨ ਦੀ ਜ਼ਰੂਰਤ ਆ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਕਿੰਨਾ ਕੁ ਅਮਲ ਕਰਦੇ ਹਾਂ ਅਤੇ ਕਿੰਨਾ ਸਾਨੂੰ ਕਰਨਾ ਚਾਹੀਦਾ। 550 ਸਾਲਾ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਉਤਸਵ ਮਨਾਉਣ ਦਾ ਸਾਡਾ ਮਕਸਦ ਤਦ ਹੀ ਪੂਰਾ ਹੋਏਗਾ ਕਿ ਜੇ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਾਰੀਆਂ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਉੱਤੇ ਅਮਲ ਕਰੀਏ ਅਤੇ ਆਪਣਾ ਬਹੁਤ ਹੀ ਉੱਚਾ, ਸੁੱਚਾ ਅਤੇ ਸੱਚਾ ਜੀਵਨ ਜਿਹੜਾ ਬਸਰ ਕੀਤਾ ਜਾਵੇ। ਜੋ ਸਫਾਈ ਦੀ ਮੁਹਿੰਮ ਇਸ ਵੇਲੇ ਬਟਾਲਾ ਸ਼ਹਿਰ ਵਿੱਚ ਚੱਲ ਰਹੀ ਆ, ਉਹ ਅੱਗੇ ਨਾਲ ਹੀ 5 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਵੀ ਆ ਰਿਹਾ ਵਾ, ਜਿਹੜੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਮਨਾਉਣਾ ਵਾ। ਉਹਦੇ ਲਈ ਮੈਂ ਪੁਰ ਜ਼ੋਰ ਅਪੀਲ ਕਰਦਾ ਸਾਰੀ ਸਾਧ ਸੰਗਤ ਨੂੰ, ਸਮੂਹ ਸਾਧ ਸੰਗਤ ਨੂੰ, ਕਿ ਆਪਾਂ ਸਰਕਾਰ ਦੇ ਉੱਤੇ ਹੀ ਇਹ ਸਫਾਈ ਦਾ ਜਿਹੜਾ ਵਾ ਨਾ ਕੰਮ ਸਾਰਾ ਸਰਕਾਰ 'ਤੇ ਨਾ ਛੱਡਿਆ ਜਾਏ, ਆਪਣੇ ਆਲਾ ਦੁਆਲਾ ਜਿਹੜਾ ਖੁਦ ਆਪ ਸਾਫ਼ ਕਰਨ ਦੇ ਵਿੱਚ ਉਹਦੇ ਵਿੱਚ ਹਿੱਸਾ ਪਾਈਏ ਅਤੇ ਇੱਕ ਜ਼ਿੰਦਗੀ ਦਾ ਇੱਕ ਅਸੂਲ ਬਣਾਈਏ ਕਿ ਆਪਾਂ ਸੱਚਾ ਸੁੱਚਾ ਜੀਵਨ ਬਤੀਤ ਕਰੀਏ ਅਤੇ ਝੂਠ ਤੋਂ ਜਰਾ ਗਰੇਜ਼ ਕਰੀਏ ਅਤੇ ਸੱਚ ਦੇ ਉੱਤੇ ਪਹਿਰਾ ਦੇਈਏ। ਇਹਨਾਂ ਗੱਲਾਂ ਦੇ ਵਿੱਚ ਰਾਇ ਲੈਣ ਵਾਸਤੇ ਅੱਜ ਸਾਰੇ ਬਹੁਤ ਬਿਰਾਦਮੀਆਂ ਦੀ ਜਿਹੜੀ ਮੀਟਿੰਗ ਬੁਲਾਈ ਗਈ ਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਮੀਟਿੰਗ ਬਟਾਲਾ ਵਿਖੇ ਜਿਹੜੀ ਸਰਦਾਰ ਅਜਮੇਰ ਸੋਹਣਾ ਵੱਲੋਂ ਸੱਦੀ ਗਈ ਆ ਅਤੇ ਇਹਦੇ ਵਿੱਚ ਅਸੀਂ ਸਾਰੇ ਸ਼ਾਮਿਲ ਹੋਏ ਹਾਂ ਅਤੇ ਇਹਦੇ ਵਿੱਚ ਜੋ ਸਰਦਾਰ ਅਜਮੇਰ ਸੋਹਣਾ ਨੇ ਬੇਨਤੀ ਕੀਤੀ ਆ ਅਸੀਂ ਪੁਰਜ਼ੋਰ ਹਮਾਇਤ ਕਰਦੇ ਹਾਂ ਅਤੇ ਸਾਰੀ ਸੰਗਤ ਨੂੰ ਬੇਨਤੀ ਕਰਨੇ ਹਾਂ ਕਿ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ ਮਿਸ਼ਨ ਚਲਾਇਆ ਹੋਇਆ ਇਹਦੇ ਉੱਤੇ ਅਸੀਂ ਸਾਰੇ ਖਰੇ ਉਤਰੀਏ, ਹੱਕ ਸੱਚ ਅਤੇ ਕਿਰਤ ਕਮਾਈ ਵੱਲ ਅਸੀਂ ਆਪਣਾ ਧਿਆਨ ਦੇਈਏ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਰਦਾਰ ਅਜਮੇਰ ਸੋਹਣਾ ਦਾ ਅਤੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ। ਮੌਕੇ 'ਤੇ ਆਈ ਹੋਈ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਹੜੇ 550 ਸਾਲਾਂ ਦਾ ਏਜੰਡਾ ਤੈਅ ਕਰਨ ਆਏ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ, ਅਤੇ ਅੱਗੇ ਵੀ ਇਹ ਸੰਦੇਸ਼ ਅੱਜ ਤੋਂ ਜਾਂ ਪਹਿਲਾਂ ਵੀ ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਵੇਲੇ ਤੋਂ ਜੋ ਚਾਲੂ ਹੋਇਆ ਅੱਗੇ ਵੀ ਪਹੁੰਚਾਉਣ ਦੀ ਪੂਰੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਏਗੀ, ਇਲਾਕੇ ਦੀ ਸਾਫ਼ ਸਫਾਈ ਵੱਲ ਵੀ ਅਤੇ ਸਿੱਖੀ ਦਾ ਸੰਦੇਸ਼ ਵੀ ਜਿੰਨਾ ਵੀ ਅੱਗੇ ਪਹੁੰਚਾਇਆ ਜਾ ਸਕੇ ਉਹਦੀ ਕੋਸ਼ਿਸ਼ ਕਰਨ ਲਈ ਅੱਜ ਦੀ ਮੀਟਿੰਗ ਬੁਲਾਈ ਗਈ ਹੈ ਅਤੇ ਆਏ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ।